ਅਕਾਲੀ ਦਲ ਨੇ ਉੱਥੇ ਰਾਜ ਕੀਤਾ ਗੁਲਜਾਰ ਸਿੰਘ ਰਣਕੇ ਉੱਥੇ ਜਿਹੜੇ ਵਿਧਾਇਕ ਸੀਗੇ ਉਸ ਤੋਂ ਬਾਅਦ ਹੁਣ ترਸੀਮ ਸਿੰਘ ਡੀਸੀ ਹੁਣ ਨੇ ਸੀਗੇ 5 ਸਾਲ ਤੁਹਾਨੂੰ ਤੁਸੀਂ ਦੋਨਾਂ ਦੇ ਕਾਰਕਾਲ ਨੂੰ ਕਿਰਪਾ ਕਰਕੇ ਦੇਖਦੇ ਹੋ ਕਿ ਲੱਗਦਾ ਲੋਕਾਂ ਦੀਆਂ ਗੱਲਾਂ ਸੁਣੀਆਂ ਗਈਆਂ ਦੋਨਾਂ ਵੱਲੋਂ ਤੁਹਾਡੇ ਚੈਨਲ ਦੇ ਥਰੂ ਇਹ ਗੱਲ ਸਰਦਾਰ ਗੁਲਜਾਰ ਸਿੰਘ ਰਣਕੇ ਨੂੰ ਪੁੱਛਦਾ ਕਿ ਉਹਨਾਂ ਨੇ ਕੋਈ ਵੀ ਐਸਾ ਕੰਮ ਕੀਤਾ ਹੋਵੇ ਜਿਹੜਾ ਅਟਾਰੀ ਵਾਸਤੇ ਅਟਾਰੀ ਦੇ ਲੋਕਾਂ ਲਈ ਇਤਿਹਾਸਕ ਹੋਵੇ ਉਹ ਇੱਕ ਵੀ ਫਾਈਲ ਸੈਂਟਰ ਤੱਕ ਲਿਜਾ ਨਹੀਂ ਸਕੇ ਆਮਾਦੀ ਪਾਰਟੀ ਦਾ ਕਿਸ ਤਰ੍ਹਾਂ ਦਾ ਰੁਝਾਨ ਦੇਖਦੇ ਕਿਉਂਕਿ ਬੜੀ ਆਵਾਜ਼ ਚੱਲ ਰਹੀ ਹੈ ਕਿ ਇੱਕ ਵਾਰ ਮੌਕਾ ਜਿਹੜਾ ਕੇਜਰੀਵਾਲ ਨੂੰ ਦਿੱਤਾ ਜਾਵੇ 67 ਐਮਐਲਏ ਨੇ ਦਿੱਲੀ ਦੇ ਵਿੱਚ ਤੇ ਸੱਤਾਂ ਐਮਪੀਆ ਚੋਂ ਇੱਕ ਐਮਪੀ ਕਿਉਂ ਨਹੀਂ ਇਸ ਚੈਨਲ ਦੇ ਥਰੂ ਮੈਂ ਕਲੀਅਰ ਕਰਨੀ ਚਾਹੁੰਨਾ ਕਿ ਇਹ ਕੇਜਰੀਵਾਲ ਸਾਹਿਬ ਦਿੱਲੀ ਦੀ ਸਰਕਾਰ ਨਾਲ ਰਲ ਕੇ ਖੇਡਦੇ ਨੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਵਿੱਚ ਈਡੀ ਦੀਆਂ ਰੇਡਜ਼ ਹੋ ਰਹੀਆਂ ਨੇ ਪੈਸੇ ਬਰਾਮਦ ਕੀਤੇ ਜਾ ਰਹੇ ਨੇ ਇਹੋ ਜਿਹੀਆਂ ਗੱਲਾਂ ਔਰ ਜਿੱਥੇ ਇਲੈਕਸ਼ਨ ਚੱਲ ਰਹੀ ਹੈ ਹੋ ਸਕਦਾ ਵਾ ਕਿਸੇ ਦੂਜੀ ਪਾਰਟੀ ਨੂੰ ਨੀਵਾ ਮਖੌਣ ਕਰਕੇ ਨਾ ਹੋਵੇ ਜੀ ਪੰਜਾਬੀ 2022 ਦੀਆਂ ਚੋਣਾਂ ਨੂੰ ਲੈ ਕੇ ਜਿੱਥੇ ਕਾਂਗਰਸ ਪਾਰਟੀ ਵੱਲੋਂ ਪਹਿਲੀ ਸੂਚੀ ਜਾਰੀ ਕਰ ਦਿੱਤੀ ਗਈ ਹੈ ਦੂਸਰੇ ਪਾਸੇ ਅੰਮ੍ਰਿਤਸਰ ਦੇ 82 ਹਲਕੇ ਨੂੰ ਲੈ ਕੇ ਜੋ ਉਮੀਦਵਾਰ ਹੈ ਉਸ ਦੀ ਹਜੇ ਤੱਕ ਅਨਾਉਂਸਮੈਂਟ ਜਿਹੜੀ ਹੈ ਉਹ ਨਹੀਂ ਕੀਤੀ ਗਈ ਦੂਸਰੇ ਪਾਸੇ ਲਗਾਤਾਰ ਹੀ ترਸੇਮ ਸਿੰਘ ਡੀਸੀ ਜੋ ਕਿ ਮਜੂਤਾ ਵਿਧਾਇਕ ਸੀ ਉਹਨਾਂ ਵੱਲੋਂ ਨਾ ਕੰਮ ਕਰਦੇ ਲੋਕਾਂ ਨੂੰ ਵੇਖ ਕਾਫੀ ਰੋਸ ਜਿਹੜਾ ਉਹ ਵੀ ਪਾਇਆ ਜਾ ਰਿਹਾ ਸੀਗਾ ਲੇਕਿਨ ਕਿਤਨਾ ਕਿਤੇ ਹੁੰਦਾ ਦਵੈਦਾਰੀਆਂ ਜਿਹੜੀਆਂ ਨੇ ਉਹ ਵੀ ਠੋਕੀਆਂ ਜਾ ਰਿਆ ਨੇ ਠੋਕੀਆਂ ਜਾ ਰੀਆਂ ਨੇ ਅ ਅਜੀਪਾਲ ਜੀ ਸਾਹਿਬ ਨਾਲ ਮੌਜੂਦ ਨੇ ਰੰਦਾਵਾ ਸਾਹਿਬ ਲਗਾਤਾਰ ਹੀ ਤੁਸੀਂ ਅ ਅਟਾਰੀ ਦੇ ਬੇਟੇ ਬਣ ਕੇ ਉਥੇ ਵਿਚਰੇ ਹੀ ਕੀ ਕੀ ਮੇਨ ਪ੍ਰਾਇੋਰਟੀਜ਼ ਕੀ ਕੀ ਨੇ ਔਰ ਕੀ ਕੀ ਹਰੇ ਹੋਰ ਕੰਮ ਪੈਂਡਿੰਗ ਪਿਆ ਹੈ ਦੇਖੋ ਅਟਾਰੀ ਜਿਹੜਾ ਹਲਕਾ ਵਾ ਬੜਾ ਵੱਡਾ ਹਲਕਾ ਵਾ ਔਰ ਮੈਂ ਸਮਝਦਾ ਹਾਂ ਵੀ ਪਿਛਲੇ ਸਮੇਂ ਚ ਇੱਥੇ ਬਹੁਤ ਜ਼ਿਆਦਾ ਕੰਮ ਹੋਣ ਵਾਲਾ ਜਾਹੀ ਮੈਂ ਜ਼ਿਕਰ ਕਰਾਂ ਕਿ ਕਿਸੇ ਵੀ ਨੁਮਾਇंदे ਵੱਲੋਂ ਇੱਥੇ ਹਸਪਤਾਲ ਅਟਾਰੀ ਚ ਨਹੀਂ ਬਣਾਇਆ ਗਿਆ ਕੁੜੀਆਂ ਦੇ ਕਾਲਜ ਦੀ ਬਹੁਤ ਜ਼ਿਆਦਾ ਲੋੜ ਏ ਔਰ ਮੈਂ ਸਮਝਦਾ ਕਿ ਸਾਡੇ ਅਟਾਰੀ ਦੇ ਅਟਾਰੀ ਦੇ ਲਾਗੇ-ਲਾਗੇ ਜਿਹੜੇ ਪਿੰਡ ਦੀਆਂ ਬੜੀਆਂ ਇੰਟੈਲੀਜੈਂਟ ਅਤੇ ਹੁਣ ਹਰ ਬੱਚੀਆਂ ਇਸੇ ਕਰਕੇ ਹੀ ਆਪਣੀ ਪੜ੍ਹਾਈ ਪੂਰੀ ਨਹੀਂ ਕਰ ਸਕੀਆਂ ਕਿਉਂਕਿ ਉਹਕੇ ਉਥੇ ਕਾਲਜ ਨਹੀਂ ਸੀ ਇਹਦੇ ਨਾਲ ਨਾਲ ਜਿਹੜੇ ਬੱਚਿਆਂ ਨੂੰ ਰੋਜ਼ਗਾਰ ਵਾਸਤੇ ਉਥੇ ਸਕਲ ਸੈਂਟਰਾਂ ਦੀ ਵੀ ਲੋੜ ਹੈ ਅ ਰੰਦਾਵਾ ਜੀ ਲਗਾਤਾਰ ਹੀ ਤੁਹਾਡਾ ਜਿਹੜਾ ਟਾਰੀ ਹਲਕਾ ਹੈ ਉਹ ਬਾਰਡਰ ਬੈਲਟ ਪੈਂਦਾ ਹੈ ਬਹੁਤ ਸਾਰੀਆਂ ਮੁਸ਼ਕਿਲਾਂ ਆਉਂਦੀਆਂ ਨੇ ਕਿਸਾਨਾਂ ਦੀ ਆਕਾਸ਼ ਤੋਂ ਤੇ ਤੁਸੀਂ ਵੀ ਲੰਮਾ ਚੇਰ ਜੜਾਇਆ ਉਹ ਕਿਸਾਨਾਂ ਨੂੰ ਮਿਲਦੇ ਰਹੇ ਹੋ ਤੁਸੀਂ ਅਉਧਿਆਂ ਤੇ ਬੈਠੇ ਰਹੇ ਹੋ ਅਜੇ ਤੱਕ ਹੋਰ ਕਿਹੜੀਆਂ ਕਿੜੀਆਂ ਬੇਸਿਕ ਕਿਸਾਨਾਂ ਨੂੰ ਲੈ ਕੇ ਕਿੜੀਆਂ ਕਿੜੀਆਂ ਤੁਹਾਨੂੰ ਅਜੇ ਤੱਕ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖੋ ਜੀ ਕਿਸਾਨ ਜਿਹੜੇ ਅੱਜ ਕਿਸਾਨ ਦੀ ਜਿਹੜੀ ਜੀਵਨਿਆ ਉਹ ਬੜਾ ਉੰਦਾ ਵਾ ਜੀ ਕਿ ਕਿਸਾਨ ਦਾ ਜਿਹੜਾ ਜੀਵਨ ਆ ਬੜਾ ਮੁਸ਼ਕਲ ਆ ਭਰਪੂਰ ਜੀਵਨ ਆ ਔਰ ਬੜੀ ਕੜੀ ਮਿਹਨਤ ਕਰਦਾ ਵਾ ਉਹਦੇ باوجود ਉਹਨੂੰ ਜੋ ਉਹਦੀ ਬਣਦੀ ਮਿਹਨਤ ਆ ਉਹ ਵੀ ਨਹੀਂ ਮਿਲਦਾ ਔਰ ਜਿਹੜਾ ਆਪਣਾ ਸੂਬਾ ਜਿਹੜਾ ਪੰਜਾਬ ਆ ਉਹ ਖੇਤੀ ਪ੍ਰਧਾਨ ਸੂਬਾ ਵਾ ਔਰ ਸਾਡੀ ਜਿਹੜੀ ਜਾਦਾ ਵੋਟ ਪੰਜਾਬ ਦੀ ਆ ਉਹ ਕਿਸਾਨਾਂ ਦੀ ਆ ਅਟਾਰੀ ਹਲਕੇ ਦੀ ਹੁਣ ਗੱਲ ਕੀਤੀ ਜਾਵੇ ਤਾਂ ਲੰਮਾ ਚਿਰ ਜਿਹੜਾ ਸੀਗਾ ਅਕਾਲੀ ਦਲ ਨੇ ਉੱਥੇ ਰਾਜ ਕੀਤਾ ਗੁਲਜਾਰ ਸਿੰਘ ਰਣਿੱਕੇ ਉੱਥੇ ਜਿਹੜੇ ਵਿਧਾਇਕ ਸੀਗੇ ਉਸ ਤੋਂ ਬਾਅਦ ਹੁਣ ترਸੀਮ ਸਿੰਘ ਡੀਸੀ ਹੁਣ ਨੇ ਸੀਗੇ 5 ਸਾਲ ਤੁਹਾਨੂੰ ਤੁਸੀਂ ਦੋਨਾਂ ਦੇ ਕਾਰਕਾਲ ਨੂੰ ਕਿੱਥਾਂ ਦੇਖਦੇ ਹੋ ਕਿ ਲੱਗਦਾ ਲੋਕਾਂ ਦੀਆਂ ਗੱਲਾਂ ਸੁਣੀਆਂ ਗਈਆਂ ਦੋਨਾਂ ਵੱਲੋਂ ਦੇਖੋ ਮੈਂ ਸਮਝਦਾ ਵਾਂ ਪੀ ਜਿਹੜਾ ਪਿਛਲਾ ਲੰਬਾ ਸਮਾਂ ਸਰਦਾਰ ਗੁਲਜਾਰ ਸਿੰਘ ਰਣਿੱਕੇ ਤਕਰੀਬਨ 20 ਸਾਲ ਦਾ ਸਮਾਂ ਚਾਰ ਵਾਰੀ ਐਮਐਲਏ ਬਣੇ ਔਰ ਉਟਾਰੀ ਦੇ ਲੋਕਾਂ ਨੇ ਉਹਨਾਂ ਨੂੰ ਬੜਾ ਪਿਆਰ ਅਤੇ ਸਤਿਕਾਰ ਦਿੱਤਾ ਪਰ ਮੈਂ ਸਮਝਦਾ ਵਾਂ ਕਿ ਉਹਨਾਂ ਨੇ ਆਪਣੀ ਟਰਮ ਦੌਰਾਨ ਕੋਈ ਵੀ ਐਸਾ ਕੰਮ ਨਹੀਂ ਕੀਤਾ ਜਿਹੜਾ ਇੱਕ ਯਾਦਗਾਰੀ ਅਤੇ ਇਤਿਹਾਸਿਕ ਕੰਮ ਹੋਵੇ ਮੈਂ ਦੱਸਣਾ ਚਾਹੁੰਦਾ ਕਿ ਅਟਾਰੀ ਦੇ ਵਿੱਚ ਉਹਨਾਂ ਨੂੰ ਇੰਨਾ ਟਾਈਮ ਮਿਲਿਆ ਜਿੱਤੋਂ 20 ਸਾਲ ਦੀ ਉਹਨਾਂ ਨੂੰ ਐਮਐਲਏਸ਼ਿਪ ਮਿਲੀ 18.5 ਸਾਲ ਦੀ ਉਹਨਾਂ ਨੂੰ ਮਨਿਸਟਰੀ ਮਿਲੀ ਤਕਰੀਬਨ 16 ਸਾਲ 2 ਮਹੀਨੇ ਤੇ 14 ਦਿਨ ਉਹਨਾਂ ਦਾ ਸੈਂਟਰ ਦੇ ਹੱਥ ਪਾਵੇ ਤੇ ਹੱਥ ਸੀ ਆਪਾਂ ਸਮਝ ਸਕਦੇ ਆ ਕਿ ਜਿਹੜੇ 10 ਸਾਲ ਡਾਕਟਰ ਮਨਮੋਹਨ ਸਿੰਘ ਜੀ ਦੇ ਅਤੇ 6 ਸਾਲ 2 ਮਹੀਨੇ 14 ਦਿਨ ਵਾਜਪਾਈ ਸਾਹਿਬ ਜੀ ਦੇ ਪਰ ਮੈਂ ਤੁਹਾਡੇ ਚੈਨਲ ਦੇ ਥਰੂ ਇਹ ਗੱਲ ਸਰਦਾਰ ਗੁਲਜਾਰ ਸਿੰਘ ਰਣੀਕੇ ਨੂੰ ਪੁੱਛਦਾ ਕਿ ਉਹਨਾਂ ਨੇ ਕੋਈ ਵੀ ਐਸਾ ਕੰਮ ਕੀਤਾ ਹੋਵੇ ਜਿਹੜਾ ਅਟਾਰੀ ਵਾਸਤੇ ਅਟਾਰੀ ਦੇ ਲੋਕਾਂ ਲਈ ਇਤਿਹਾਸਕ ਹੋਵੇ ਉਹ ਇੱਕ ਵੀ ਫਾਈਲ ਸੈਂਟਰ ਤੱਕ ਲਿਜਾ ਨਹੀਂ ਸਕੇ ਪਾਸ ਤਾਂ ਕੀ ਕਰਾਉਣੀ ਸੀ ਮੈਂ ਸਮਝਦਾ ਕਿ ਉਹ ਕਿਸ ਬਨਾਤ ਤੇ ਲੋਕਾਂ ਕੋਲ ਵੋਟਾਂ ਮੰਗਣਗੇ ਤੇ ਕਿਸ ਬਨਾਤ ਤੇ ਅਟਾਰੀ ਦੇ ਲੋਕ ਉਹਨਾਂ ਨੂੰ ਵੋਟ ਪਾਉਣਗੇ ਸਰਸੇਮ ਸਿੰਘ ਡੀਸੀ ਬਾਰੇ ਨੇ ਤੁਸੀਂ ਕੁਝ ਵੀ ਕਿਹਾ ਕਿਉਂਕਿ 5 ਸਾਲ ਉਹਨਾਂ ਦਾ ਵੀ ਪੂਰਾ ਟਨਿਓਰ ਹੋ ਗਿਆ ਹੁਣ ਦੇਖੋ ਮੈਂ ਸਮਝਦਾ ਕਿ ਸਰਦਾਰ ਤਰਸੇਮ ਸਿੰਘ ਡੀਸੀ ਨੇ ਆਪਣੀ ਸਮਰੱਥਾ ਅਨੁਸਾਰ ਵਧੀਆ ਕੰਮ ਕੀਤਾ ਜੀ ਪਰ ਉਹ ਸਾਡੇ ਕਾਂਗਰਸੀ ਵਰਕਰਾਂ ਦੀਆਂ ਭਾਵਨਾਵਾਂ ਤੇ ਪੂਰਾ ਨਹੀਂ ਉਤਰ ਸਕੇ ਔਰ ਇਹਦੇ ਚ ਸਹੀ ਤਾਂ ਉਹ ਹੀ ਦੱਸ ਸਕਦੇ ਆ ਜਾਂ ਉਹਨਾਂ ਨੂੰ ਹੀ ਪਤਾ ਵਾ ਕਿ ਉਹਦਾ ਕੀ ਕਾਰਨ ਸੀ ਪਰ ਮੈਂ ਸਮਝਦਾ ਵਾਂ ਕਿ ਜੇ ਮੈਂ ਵੀ ਲੋਕਾਂ ਚ ਤਾਲਮੇਲ ਨਹੀਂ ਰੱਖਾਂਗਾ ਮੈਂ ਵੀ ਲੋਕਾਂ ਦੀਆਂ ਭਾਵਨਾ ਦੀ ਪੂਰਤੀ ਨਹੀਂ ਕਰਾਂਗਾ ਤੇ ਮੈਂ ਵੀ ਲੰਬਾ ਸਮਾਂ ਇਸ ਪੋਜੀਸ਼ਨ ਤੇ ਨਹੀਂ ਟਿਕ ਸਕਾਂਗਾ ਅਗਰ ਗੱਲ ਕੀਤੀ ਜਾਵੇ ਰੰਦਾਵਾ ਜੀ ਕੋਈ ਵੀ ਕਹਿੰਦੇ ਇੰਟਰਨੈਸ਼ਨਲ ਚੀਜ਼ ਹੋਵੇ ਨਾ ਤੇ ਉਸ ਜਗ੍ਹਾ ਦੇ ਉੱਤੇ ਰੈਵਨਿਊ ਬਹੁਤ ਜਨਰੇਟ ਹੁੰਦਾ ਹੈ ਲਗਾਤਾਰ ਹੀ ਅਟਾਰੀ ਤੇ ਲੱਗੇ ਵਾਗਾ ਬਾਰਡਰ ਹੈ ਜਿੱਥੇ 10000 ਤੋਂ 15000 ਦੇ ਕਰੀਬ ਜਿਹੜੇ ਸਲਾਨੀ ਰੋਜ਼ ਜਾਂਦੇ ਨੇ ਉੱਥੇ ਜੋ ਰੀਟਰੀਟ ਦੇਖਣ ਵਾਸਤੇ ਕੀ ਲੱਗਦਾ ਕਿ ਉਸ ਤਰ੍ਹਾਂ ਦੀ ਹੱਬ ਬਣ ਸਕੀ ਆ ਅਟਾਰੀ ਹਲਕਾ ਓਕੇ ਲੱਗਦਾ ਕਿ ਪਿੱਛੜਦਾ ਹੋਇਆ ਹੀ ਨਜ਼ਰ ਆ ਰਿਹਾ ਤੁਹਾਨੂੰ ਦੇਖੋ ਜੀ ਨਮਾਇੰਦਗੀ ਤੇ ਬਹੁਤ ਜ਼ਿਆਦਾ ਡਿਪੈਂਡ ਕਰਦਾ ਵਾ ਔਰ ਮੈਂ ਕਹੂੰਗਾ ਵੀ ਮੇਰਾ ਵੀ ਇਹ ਹਲਕਾ ਅਪਣਾ ਵਾ ਅਗਰ ਨਮਾਇੰਦੇ ਦੇ ਮਨ ਦੀਆਂ ਕੁਝ ਤਰੰਗਾਂ ਕੁਝ ਅਮੰਗਾ ਤੇ ਕੁਝ ਭਾਵਨਾਵਾਂ ਹੋਣ ਜਿੱਦਾਂ ਕਿ ਤੁਸੀਂ ਜ਼ਿਕਰ ਕੀਤਾ ਹੈ ਕਿ ਇੰਟਰਨੈਸ਼ਨਲ ਹੱਬ ਹੈ ਇੰਟਰਨੈਸ਼ਨਲ ਹੱਬ ਦੇ ਨਾਲ-ਨਾਲ ਉੱਥੋਂ ਦਾ ਇੱਕ ਬੜਾ ਵਧੀਆ ਮਤਲਬ ਜਿਹੜਾ ਵਾ 인ਫਰਾਸਟ੍ਰਕਚਰ ਤਿਆਰ ਹੋ ਸਕਦਾ ਵਾ ਆਪਣੀ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਦੇ ਸਹਿਯੋਗ ਨਾਲ ਜੇਦੋਂ ਇਹ ਹੱਬ ਇੱਕ ਵਧੀਆ 인ਫਰਾਸਟ੍ਰਕਚਰ ਤਿਆਰ ਹੋ ਕੇ ਇੱਕ ਸਿਸਟਮ ਬਣੂਗਾ ਤਾਂ ਉਹ ਅਟਾਰੀ ਦੇ ਤੇ ਹੋਰ ਨੂਵੀ ਜਿਹੜੇ ਰੋਜ਼ਗਾਰ ਦੇ ਜਿਹੜੇ ਆ ਮੌਕੇ ਪੈਦਾ ਹੋਣਗੇ ਜਦੋਂ ਤੇ ਪਲਬਾਮਾ ਹੋਇਆ ਜੀ ਉਸ ਤੋਂ ਬਾਅਦ ਪੁਆਇੰਟਰਸ ਦੀਆਂ ਬੜੀਆਂ ਮੁਸ਼ਕਿਲਾਂ ਆ ਰਹੀਆਂ ਸੀ ਜਿਹੜੇ ਉੱਥੇ ਕੋਲੀ ਆ ਬਹੁਤ ਜ਼ਿਆਦਾ ਮੁਸ਼ਕਲ ਨੇ ਉਹਨਾਂ ਦੇ ਪਰਿਵਾਰ ਦਾ ਖਰਚਾ ਨਹੀਂ ਚੱਲ ਪਾਰਿਆ ਕਿ ਲੱਗਦਾ ਕਿ ਉਹਨਾਂ ਦੀ ਆਵਾਜ਼ ਸੁਕਣੀ ਚਾਹੀਦੀ ਸੀ ਕਿ ਚਾਹੇ ਤਰਸੇਮ ਸਿੰਘ ਡੀਸੀ ਨੇ ਚਾਹੇ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਨੇ ਚਾਹੇ ਕੋਈ ਹੋਰ ਵਿਅਕਤੀ ਕਿਉਂਕਿ ਉਹਨਾਂ ਦੇ ਪਰਿਵਾਰਾਂ ਦੇ ਹਾਲਾਤ ਬਹੁਤ ਬੱਤੋਂ ਬੱਤਰ ਹੁੰਦੇ ਹੋਏ ਨਜ਼ਰ ਆ ਰਹੇ ਦੇਖੋ ਜਿੱਥੋਂ ਤੱਕ ਕੁੱਲੀਆਂ ਦਾ ਸਬੰਧ ਹੈ ਜੀ ਵੀ ਅਟਾਰੀ ਦੇ ਬੜੇ ਲਾਗੇ ਲਾਗੇ ਪਿੰਡਾਂ ਦੇ ਜਿਹੜੇ ਆ ਉਹਨਾਂ ਦਾ ਰੋਜ਼ਗਾਰ ਹੀ ਜਿਹੜਾ ਵਾ ਉਹ ਕੁੱਲੀਆਂ ਦੇ ਸਿਰ ਤੇ ਚੱਲਦਾ ਵਾ ਬਾਰਡਰ ਜਿਹੜਾ ਵਾ ਉਹ ਮੇਨ ਉਹਨਾਂ ਦਾ ਰੋਜ਼ਗਾਰ ਦਾ ਸਾਧਨ ਆ ਅਗਰ ਬਾਰਡਰ ਚੋਂ ਇਨਕਮ ਆਂਦੀ ਏ ਤੇ ਉਹਨਾਂ ਦਾ ਜਿਹੜਾ ਚੁੱਲ੍ਹਾ ਵਾ ਉਹ ਚੱਲਦਾ ਵਾ ਔਰ ਮੈਂ ਸਮਝਦਾ ਵਾਂ ਕਿ ਉਹਨਾਂ ਦੀ ਰੋਜੀ ਰੋਟੀ ਚਲਾਉਣ ਵਾਸਤੇ ਇਹ ਜਿਹੜੀ ਆਵਾਜ਼ ਆ ਬਲੰਤ ਕਰਨੀ ਚਾਹੀਦੀ ਸੀ ਆਮ ਆਦੀ ਪਾਰਟੀ ਦਾ ਕਿਸ ਤਰ੍ਹਾਂ ਦਾ ਰੁਝਾਨ ਦੇਖਦੇ ਹੋ ਕਿਉਂਕਿ ਬੜੀ ਆਵਾਜ਼ ਚੱਲ ਰਹੀ ਹੈ ਕਿ ਇੱਕ ਵਾਰ ਮੌਕਾ ਜਿਹੜਾ ਕੇਜਰੀਵਾਲ ਨੂੰ ਦਿੱਤਾ ਜਾਵੇ ਦੇਖੋ ਜੀ ਮੈਂ ਨਹੀਂ ਸਮਝਦਾ ਕਿ ਕੇਜਰੀਵਾਲ ਸਾਹਿਬ ਦੀ ਪੰਜਾਬ ਚ ਕੋਈ ਗੱਲ ਹੈਗੀ ਆ ਉਹਦਾ ਕਾਰਨ ਇਹ ਹੈ ਕਿ ਮੈਂ ਤੁਹਾਡੇ ਚੈਨਲ ਲਈ ਸਮੁੱਚੇ ਪੰਜਾਬ ਦੀ ਆਵਾਮ ਨੂੰ ਜਾਂ ਦੁਨੀਆ ਦੇ ਆਵਾਮ ਨੂੰ ਇਹ ਪੁੱਛਦਾ ਕਿ ਜਿਹੜਾ ਵਿਅਕਤੀ ਡਾਕਟਰ ਮਨਮੋਨ ਸਿੰਘ ਨੂੰ ਕਾਬਲ ਨਹੀਂ ਮੰਨਦਾ ਡਾਕਟਰ ਮਨਮੋਨ ਸਿੰਘ ਨੂੰ ਪ੍ਰਧਾਨ ਮੰਤਰੀ ਦੀ ਕੁਰਸੀ ਤੋਂ ਲਾਉਣ ਵਾਸਤੇ ਉਸ ਟੀਮ ਦਾ ਹਿੱਸਾ ਹੈ ਔਰ ਉਹ ਦੇਸ਼ ਲਈ ਕਦੀ ਵੀ ਸੰਸੀਰ ਨਹੀਂ ਹੋ ਸਕਦਾ ਔਰ ਦੂਸਰਾ ਸਵਾਲ ਮੇਰਾ ਇਹ ਹੈਵਾ ਪੀ ਅਗਰ 67 ਐਮਐਲਏ ਨੇ ਦਿੱਲੀ ਦੇ ਵਿੱਚ ਤੇ 70 ਐਮਪੀਆ ਚੋਂ ਇੱਕ ਐਮਪੀ ਕਿਉਂ ਨਹੀਂ ਇਸ ਚੈਨਲ ਦੇ ਥਰੂ ਮੈਂ ਕਲੀਅਰ ਕਰਨੀ ਚਾਹਨਾ ਕਿ ਇਹ ਕੇਸਰੀਵਾਲ ਸਾਹਿਬ ਦਿੱਲੀ ਦੀ ਸਰਕਾਰ ਨਾਲ ਰਲ ਕੇ ਖੇਡਦੇ ਨੇ ਐਮਐਲਏ ਆਪ ਲੈਂਦੇ ਨੇ ਐਮਪੀ ਉਹਨਾਂ ਨੂੰ ਦਿੰਦੇ ਨੇ ਇਸ ਗੱਲ ਨੂੰ ਪੰਜਾਬ ਦੇ ਲੋਕ ਭਲੀਪਾਂਤ ਸਮਝਣਗੇ ਔਰ ਕਦੀ ਵੀ ਇਸ ਪਾਰਟੀ ਨੂੰ ਮੂਨ ਨਹੀਂ ਲਾਉਣਗੇ ਕੈਪਟਨ ਅਮਰਿੰਦਰ ਸਿੰਘ ਤੇ ਜੇਕਰ ਗੱਲ ਨਾ ਕੀਤੀ ਜਾਵੇ ਤਾਂ ਕਹਿੰਦੇ ਕਿ ਡਿਬੇਟ ਕੋਈ ਵੀ ਪੂਰੀ ਨਹੀਂ ਹੋਣ ਹੋ ਸਕਦੀ ਕੈਪਟਨ ਅਮਰਿੰਦਰ ਸਿੰਘ ਦੇ 4.5 ਸਾਲ ਦੇ ਕਾਰਜਕਾਲ ਨੂੰ ਕਿੰਦਾ ਵੇਖਦੇ ਹੋ ਕਿ ਲੱਗਦਾ ਹੈ ਕਿ ਉਹਨਾਂ ਨੇ ਵਾਕਈ ਪੰਜਾਬ ਨੂੰ ਬੈਕਵਰਡ ਤੇ ਲੈ ਕੇ ਖੜਾ ਕਰ ਦਿੱਤਾ ਦੇਖੋ ਜੀ ਕੈਪਟਨ ਅਮਰਿੰਦਰ ਸਿੰਘ ਵੇਲੇ بڑے ਜਿਹੜੇ ਕੰਮ ਆ ਉਹ ਘੱਟ ਹੋਏ ਆ ਔਰ ਜਿਹੜੀ ਵਰਕਰਾਂ ਦੀ ਵੀ ਨਹੀਂ ਸੁਣੀ ਗਈ ਜੀ ਲੀਡਰ ਵੀ ਸਾਡੇ ਮਾਯੂਸ ਸੀ ਔਰ ਮੈਂ ਤੁਹਾਡੇ ਚੈਨਲ ਰਾਹੀਂ ਵਧਾਈ ਦੇਣਾ ਸਰਦਾਰ ਨਵਜੋਤ ਸਿੰਘ ਸਿੱਧੂ ਜੀ ਦੀ ਨੂੰ ਜਿਨ੍ਹਾਂ ਦੀ ਦ੍ਰਿੜਤਾ ਅਤੇ ਦਲੇਰੀ ਸਦਕਾ ਉਹਨਾਂ ਨੇ ਪੰਜਾਬ ਨੂੰ ਅਤੇ ਪੰਜਾਬ ਦੀ ਕਾਂਗਰਸ ਨੂੰ ਆਜ਼ਾਦ ਕਰਾ ਕੇ ਇੱਕ ਨਵੇਂ ਯੁੱਗ ਵਿੱਚ ਲਿਆਂਦਾ ਏ ਔਰ ਆਸ ਕਰਦਾ ਮਾਂ ਆਉਣ ਵਾਲੇ ਸਮੇਂ ਦੇ ਵਿੱਚ ਕਾਂਗਰਸ ਦੀ ਸਰਕਾਰ ਬਣੂਗੀ ਦੁਬਾਰਾ ਕਾਂਗਰਸ ਸਰਕਾਰ ਰਿਪੀਟ ਹੋਊਗੀ ਔਰ ਜਿਹੜੀਆਂ ਭਾਵਨਾਵਾਂ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਮੰਨ ਦੇ ਵਿੱਚ ਪੰਜਾਬ ਨੂੰ ਚੁੱਕਣ ਦੀਆਂ ਉਹਨਾਂ ਦੀਆਂ ਪੂਰੀਆਂ ਹੋਣਗੀਆਂ ਉਹ ਚੁੱਕਣ ਦੀ ਗੱਲ ਕਰ ਰਹੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਦੇ ਘਰ ਦੇ ਵਿੱਚ ਈਡੀ ਦੀਆਂ ਰੇਡਜ਼ ਹੋ ਰਹੀਆਂ ਨੇ ਪੈਸੇ ਬਰਾਮਦ ਕੀਤੇ ਜਾ ਰਹੇ ਨੇ ਕੀ ਇਹਦੇ ਪਿੱਛੇ ਕੀ ਮਨਛਾ ਕਿ ਲੱਗਦੀ ਆ ਤੁਹਾਨੂੰ ਇਹਦੇ ਪਿੱਛੇ ਦੇਖੋ ਮਨਛਾ ਜਿਹੜੀ ਈਡੀ ਦਾ ਸਵਾਲ ਹੈ ਜੀ ਔਰ ਇਹ ਤਾਂ ਇਸ ਚੈਨਲ ਲਈ ਮੈਂ ਇਸ ਨੂੰ ਚੰਗੀ ਤਰ੍ਹਾਂ ਅਜੇ ਬਾਤ ਨਹੀਂ ਸਕਿਆ ਜੀ ਪਰ ਮੈਂ ਸਮਝਦਾ ਹਾਂ ਵੀ ਇਲੈਕਸ਼ਨ ਦੇ ਦੌਰਾਨ ਐਹੋ ਜਿਹੀਆਂ ਗੱਲਾਂ ਔਰ ਜਿੱਥੇ ਇਲੈਕਸ਼ਨ ਚੱਲ ਰਹੀ ਹੈ ਹੋ ਸਕਦਾ ਵਾ ਕਿਸੇ ਦੂਜੀ ਪਾਰਟੀ ਨੂੰ ਨੀਵਾ ਬਖੌਣ ਕਰਕੇ ਨਾ ਹੋਵੇ ਜੀ ਅਜੀਪਾਲ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਜੇਕਰ ਤੁਹਾਨੂੰ ਟਿਕਟ ਦੇ ਕੇ ਨਵਾਜਿਆ ਜਾਂਦਾ ਹੈ ਤੇ ਪਹਿਲੀ ਪ੍ਰਾਇੋਰਟੀਜ਼ ਕੀ ਰਹਿਣਗੀਆਂ ਤੁਹਾਡੀਆਂ ਖਾਸ ਤੋ ਤੇ ਅਟਾਰੀਜ਼ ਨੂੰ ਲੈ ਕੇ ਦੇਖੋ ਅਟਾਰੀ ਦੇ ਵਿੱਚ ਮੈਂ ਜਿੱਦਾਂ ਕਿ ਮੈਂ ਪਹਿਲਾਂ ਵੀ ਕਈ ਚੈਨਲਾਂ ਦੇ ਵਿੱਚ ਦੱਸ ਚੁੱਕਾ ਵੀ ਮੈਂ ਇੱਕ ਕਿਤਾਬਚਾ ਤਿਆਰ ਕਰ ਦਿੱਤਾ ਵਾ ਔਰ ਇੱਕ ਕਤਾਬਚਾ ਮੈਂ ਹਰ ਪਿੰਡ ਨੂੰ ਹਰ ਕਾਂਗਰਸੀ ਵਰਕਰ ਨੂੰ ਆਪਣੇ ਪਿੰਡ ਦੇ ਵਿੱਚ ਰਜਿਸਟਰਡ ਕਰਨਾ ਹੈ ਔਰ ਤਾਂ ਕਿ ਮੈਂ ਸਮਝਦਾ ਵਾਂ ਕਿ ਉਹਨਾਂ ਦੀ ਜਿਹੜੀ ਸੁਨਿਆਰਤਾ ਵਾ ਅਗਨੋਰ ਨਾ ਹੋਵੇ ਔਰ ਬਣਦਾ ਮਨ ਸਨਮਾਨ ਹਰ ਕਾਂਗਰਸੀ ਵਰਕਰ ਨੂੰ ਦਿੱਤਾ ਜਾਵੇ ਇਹਦੇ ਵਿੱਚ ਕਾਰਜਕਿਰਤਾ ਦੀ ਸੂਚੀ ਵੀ ਹੋਊਗੀ ਸਰਪੰਚ ਨੰਬਰਦਾਰ ਚੌਕੀਦਾਰ ਜਿੰਨੇ ਵੀ ਸਾਰੇ ਇੱਥੇ ਰਜਿਸਟਰਡ ਹੋਣਗੇ ਇਦਾਂ ਵਕ ਵਕ ਹੋਣ ਵਾਲੇ ਕੰਮ ਵੀ ਰਜਿਸਟਰਡ ਹੋਣਗੇ ਹਰ ਵਿਅਕਤੀ ਜਦੋਂ ਇੱਥੇ ਰਜਿਸਟਰਡ ਹੋਊਗਾ ਇੱਕ ਜਿਹੜਾ ਕਿਤਾਬਚਾ ਪਿੰਡ ਚ ਹੋਊਗਾ ਇੱਕ ਕਿਤਾਬਚਾ ਮੇਰੇ ਕੋਲ ਹੋਊਗਾ ਰੰਦਾਵਾ ਜੀ ਜੇਕਰ ਹੋਣ ਦੇ ਪ੍ਰੈਜ਼ੈਂਟਲੀ ਗੱਲ ਕੀਤੀ ਜਾਵੇ ਤੇ ਬਹੁਤ ਸਾਰਾ ਆਰ ਡੀ ਐਕਸ ਵੀ 82 ਹਲਕੇ ਤੇ ਲਾਗੋ ਮਿਲਿਆ ਨਸ਼ੇ ਦੀ ਸਮਗਲਿੰਗ ਬਹੁਤ ਵੱਡੀ ਉੱਥੇ ਦੇਖਣ ਨੂੰ ਮਿਲਦੀ ਆ ਜਿਨ੍ਹਾਂ ਦੇ ਖੇਤ ਉੱਥੇ ਨੇ ਉਹਨਾਂ ਕਿਸਾਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਚਾਹੇ ਉਹਨਾਂ ਦਾ ਵਿਚ ਰੋਲ ਹੁੰਦਾ ਕਿ ਨਹੀਂ ਹੁੰਦਾ ਕੀ ਲੱਗਦਾ ਕਿ ਕੇਂਦਰ ਸਰਕਾਰ ਨਾਲ ਮਿਲ ਕੇ ਜੇਕਰ ਤੁਸੀਂ ਤੋਂ ਵਿਧਾਇਕ ਚੁਣੇ ਜਾਂਦੇ ਹੋ ਤੇ ਜਾ ਕੇ ਜੇਕਰ ਸੀਟ ਟਿਕਟ ਤੁਹਾਨੂੰ ਮਿਲਦੀ ਹੈ ਤੇ ਤੁਸੀਂ ਉਹਨਾਂ ਦੀ ਆਵਾਜ਼ ਚੁੱਕ पाओगे ਕਿਉਂਕਿ ਅਕਸਰ ਹੀ ਕਿਸਾਨਾਂ ਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਜਾਂਦਾ ਜਿਹਦੇ ਵੀ ਖੇਤੋਂ ਚੀਜ਼ ਪ੍ਰਾਪਤ ਹੁੰਦੀ ਹੈ ਦੇਖੋ ਕੋਈ ਵੀ ਨਮੈਂਦਗਾ ਨਮੈਂਦਾ ਜਿਹੜਾ ਵਾ ਜੀ ਉਹ ਲੋਕਾਂ ਦੁਆਰਾ ਤੇ ਲੋਕਾਂ ਲਈ ਹੁੰਦਾ ਵਾ ਔਰ ਮੈਂ ਸਮਝਦਾ ਵਾਂ ਕਿ ਨਮੈਂਦੀ ਦਾ ਨਮੈਂਦਗੀ ਦਾ ਪਹਿਲਾ ਕੰਮ ਹੀ ਇਹ ਆ ਪੀ ਉਹ ਲੋਕਾਂ ਦੀਆਂ ਮੁਸ਼ਕਲਾਂ ਲੋਕਾਂ ਦੀ ਆਵਾਜ਼ ਜੋ ਵੀ ਉਹਨਾਂ ਦਾ ਬਣਦਾ ਵਾ ਉਹ ਉਹਨਾਂ ਤੱਕ ਪਹੁੰਚਾਵੇ ਜਿੱਥੋਂ ਵੀ ਲੈਣ ਜੋਗਿਆ ਚਾਹੇ ਉਹ ਭਾਰਤ ਸਰਕਾਰ ਕੋਲੋਂ ਲੈਣ ਜੋਗਿਆ ਜਾਂ ਪੰਜਾਬ ਸਰਕਾਰ ਕੋਲੋਂ ਲੈਣ ਜੋਗਿਆ ਉਹਨਾਂ ਦੀਆਂ ਮੁਸ਼ਕਲਾਂ ਦਾ ਹੱਲ ਹੋਣਾ ਚਾਹੀਦਾ ਜੀ ਸੋ ਇਹ ਸਨ ਅਜੀਪਾਲ ਸਿੰਘ ਰੰਦਾਵਾ ਜੀ ਜਿਨ੍ਹਾਂ ਵੱਲੋਂ ਜੋ ਅਟਾਰੀ ਹਲਕੇ ਦੀਆਂ ਕਈ ਮੁਸ਼ਕਿਲਾਂ ਲਈ ਸਾਣਾ ਜਿਹੜੀ ਇਹ ਗੱਲਬਾਤ ਕੀਤੀ ਗਈ ਹੈ ਤੇ ਇਹਨਾਂ ਦਾ ਕਹਿਣਾ ਹੈ ਕਿ ਲਗਾਤਾਰ ਹੀ ਅਕਾਲੀ ਦਲ ਵੱਲੋਂ 15 ਸਾਲ ਉੱਥੇ ਰਾਜ ਕੀਤਾ ਗਿਆ ਲੇਕਿਨ ਕੋਈ ਵੀ ਕੰਮ ਜੜਾਇਆ ਉੱਥੇ ਨਹੀਂ ਪੂਰਾ ਕੀਤਾ ਗਿਆ ਕਿਉਂਕਿ 15 ਤੋਂ 20 ਸਾਲ ਲਗਾਤਾਰ ਹਟ ਅਨਯੋਰ ਹੋ ਗਿਆ ਸੀਗਾ ਗੁਲਜਾਰ ਸਿੰਘ ਰਣੀਕੇ ਹੋਣਾ ਦਾ ਲੇਕਿਨ 5 ਸਾਲ ਕਾਂਗਰਸ ਦਾ ਵੀ ਟਨਿਓ ਰਿਹਾ ਲੇਕਿਨ ਕਿਤਨਾ ਕਿਤੇ ਕੰਮ ਨਾ ਹੋਣ ਕਰਕੇ ਠਾਰੀ ਦੇ ਲੋਕ ਇਹਨਾਂ ਨੂੰ ਕਾਫੀ ਪਿਆਰ ਜਿਹੜਾ ਆ ਉਹ ਵੀ ਦੇ ਰਹੇ ਨੇ ਕਿਉਂਕਿ ਹਰੇਕ ਵਿਅਕਤੀ ਨੂੰ ਮਿਲ ਕੇ ਜਿਹੜਾ ਆ ਉਹ ਇਹ ਹੱਲ ਕੱਢਣ ਦੀ ਕੋਸ਼ਿਸ਼ ਕਰ ਰਹੇ ਨੇ ਇੱਕ ਇਹਨਾਂ ਵੱਲੋਂ ਕਿਤਾਬ ਵੀ ਜਿਹੜੀ ਬੁੱਕ ਆ ਉਹ ਵੀ ਬਣਾਈ ਗਈ ਜਿਸ ਵਿੱਚ ਜੋ ਟਰਮਸ ਰੱਖੀਆਂ ਗਈਆਂ ਨੇ ਕਿ ਕੀ ਕੀ ਪ੍ਰੋਬਲਮਸ ਆ ਰਹੀਆਂ ਨੇ ਉਹਨਾਂ ਵਾਸਤੇ ਵੀ ਜਿਹੜੀ ਇਹਨਾਂ ਵੱਲੋਂ ਇੱਕ ਪਹਿਲ ਕਰਮੀ ਕੀਤੀ ਗਈ ਤਾਂ ਜੋ ਕਿ ਠਾਰੀ ਹਲਕੇ ਦੇ ਲੋਕਾਂ ਨੂੰ ਜਿਹੜਾ ਆ ਖੁਸ਼ਹਾਲ ਕੀਤਾ ਜਾ ਸਕੇ ਕੈਮਰਾਮੈਨ ਜੈਪ੍ਰੀਤ ਅਨਗੁਰਪ ਸਿੰਘ ਪੰਜਾਬੀ ਲੋਕ ਚੈਨ I'm just saying.